ਲੋ ਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੈਲੋ ਜੀ ਸੈਟਰਡੇ ਆ ਗਿਆ ਮੈਂ ਕਿਹਾ ਚਲੋ ਜੀ ਚੱਲੀਏ ਰੇਂਜ 'ਚ ਕਰਕੇ ਆਈਏ ਨਵੀਂ ਗਨ ਟਰਾਈ ਆਹ ਵੇਖੋ ਬਹੁਤ ਹੀ ਲਾਈਟ ਵੇਟ ਜੀ ਛੋਟੀ ਜਿਹੀ ਗਨ ਹੈ ਮੇਰੇ ਕੋਲ ਅੱਜ ਪਿਛਲੇ ਵੀਕ ਤੁਹਾਨੂੰ ਮੈਂ ਸਿੰਗਲ ਸ਼ੋਟ 22 LR ਵਿਖਾਈਆਂ ਹਨ ਅਤੇ ਆਹ ਜਿਹੜੀ ਮੇਰੇ ਕੋਲ ਅੱਜ ਇਹਦਾ ਨਾਮ ਹੈ ਮੋਸਬਰਗ ਮੋਸਬਰਗ ਦੀ ਪਲਿੰਕਸਟਰ ਆ ਵੇਖੋ ਨਾਮ ਪੜ੍ਹ ਸਕਦੇ ਹੋ ਤੁਸੀਂ ਇੱਥੇ ਇਹਦਾ ਲਿਖਿਆ ਮੋਸਬਰਗ 702 ਪਲਿੰਕਸਟਰ ਅਤੇ ਬਹੁਤ ਹੀ ਲਾਈਟ ਜੀ ਫਨ ਗਨ ਹੈ ਕਾਫੀ ਐਕੂਰੇਟ ਹੈ ਇਹ ਜਦੋਂ ਪਿੱਛੇ ਕਬੇਲਾ ਜਦੋਂ ਵਿਕਦੀ ਸੀ ਸਕੋਪ ਦੇ ਨਾਲ ਆਲਰੇਡੀ ਸਕੋਪ ਉੱਤੇ ਲੱਗਾ ਹੀ ਆਉਂਦਾ ਸੀ ਬੋਰ ਸਾਈਡਡ ਇਨ ਅਤੇ ਕਾਫੀ ਐਕੂਰੇਟ ਨੇ ਮੋਸਟਲੀ ਜਿੰਨੀਆਂ ਮੈਂ ਵੇਖੀਆਂ ਕਾਫੀ ਐਕੂਰੇਟ ਨੇ ਅਤੇ ਸਿੰਥੈਟਿਕ ਸਟੋਕ ਹੈ ਤਾਂ ਕਰਕੇ ਬਹੁਤ ਹੀ ਲਾਈਟ ਹੈ ਮੇਡ ਇਨ ਬ੍ਰਾਜ਼ੀਲ ਹੈ ਵੈਸੇ 2003 ਤੋਂ ਬਣੀਆਂ ਸ਼ੁਰੂ ਹੋਈਆਂ ਹਨ ਆਹ ਜਿਹੜੀ ਮੇਰੇ ਕੋਲ ਆਈ ਬਲੀਵ ਹੈ 2007 ਦੀ ਬਣੀ ਹੈ ਅਤੇ ਮੈਂ ਅਰਾਊਂਡ $130 ਦੀ ਇਹਨੂੰ ਲਈ ਸੀ ਅਤੇ ਅੱਜ ਦੀ ਡੇਟ 'ਚ ਮੇਰਾ ਮੰਨਣਾ ਵੀ $200 ਤੱਕ ਤੁਹਾਨੂੰ ਈਜ਼ੀਲੀ ਲੱਭ ਜਾਂਦੀ ਹੈ ਅਤੇ ਸਿੰਪਲ ਸੇਫਟੀ ਇੱਥੇ ਹੈ ਇਹਦੀ ਮੈਗਜ਼ੀਨ ਪੈਂਦੀ ਹੈ ਮੈਗਜ਼ੀਨ ਖੋਲ੍ਹਣ ਦਾ ਸਿੰਪਲ ਤਰੀਕਾ ਥੋੜ੍ਹੇ ਜਿਹਾ ਪਿੱਛੇ ਕਰਕੇ ਦੱਬ ਕੇ ਆਹ ਮੈਗਜ਼ੀਨ ਹੈ 10 ਲੋਡ ਹੁੰਦੀ ਹੈ ਇਹਦੇ 'ਚ ਸੈਮੀ ਆਟੋ ਐਕਸ਼ਨ ਪਤਾ ਵੀ ਕੈਨੇਡਾ 'ਚ ਜਿਹੜੀ ਸੈਮੀ ਆਟੋ ਇਹ ਛੋਟੀ ਹੈ ਰਿਮ ਫਾਇਰ ਜਿਹੜੀ ਬੁਲਟ ਹੈ ਉਹ 10 ਆਪਾਂ ਪਾ ਸਕਦੇ ਹਾਂ ਅਤੇ ਸ਼ੂਟ ਕਰਕੇ ਵਿਖਾਉਂਦੇ ਹਾਂ ਤੁਹਾਨੂੰ $130 ਦੀ ਲਈ ਸੀ ਕਾਫੀ 1.5 ਸਾਲ ਹੋ ਗਿਆ ਹੁਣ ਆਈ ਬਲੀਵ 2-4 ਵਾਰ ਯੂਜ਼ ਕੀਤੀ ਹੈ ਕਾਫੀ ਐਕੂਰੇਟ ਅਤੇ ਬਾਕੀ ਜਿਹੜੀ ਮੇਰੇ ਕੋਲ ਸਿੰਗਲ ਸ਼ੋਟਸ ਆ ਪਹਿਲਾਂ ਵੀਡੀਓ ਪਾਈ ਉਹ ਮੈਂ ਕੱਢ ਛੱਡੀ ਹੈ ਸੋ ਆਹ ਟਰਾਈ ਕਰਨੇ ਆ ਇਹ ਲਾਈਟ ਵੇਟ ਜੀ ਇਹ ਮੈਂ ਹਮੇਸ਼ਾ ਰੱਖਾਂਗਾ ਕਿਉਂਕਿ ਬਹੁਤ ਪਸੰਦ ਹੈ ਮੈਨੂੰ ਇੱਥੇ ਪਾਈ ਕਰਕੇ ਕਲਿੱਕ ਬਸ ਸੇਫਟੀ ਉਹ ਅਤੇ ਆਓ ਕਰੀਏ ਥੋੜ੍ਹੇ ਟਾਰਗੇਟ ਲਾਏ ਨੇ ਯੈਲੋ ਪਲੇਟ ਹੈ ਕੁਛ ਟਾਰਗੇਟ ਉੱਧਰ ਲਾਏ ਨੇ ਕੁਛ ਔਰੇਂਜ ਉੱਤੇ ਲਾਇਆ ਵੀ ਸ਼ੂਟ ਕਰਨ ਨੂੰ ਪਤਾ ਨਹੀਂ ਕਿੰਨਾ ਸਟੱਡੀ ਹੈ ਪਰ ਵੇਖ ਲੈਂਦੇ ਉੱਤੇ ਸ਼ੂਟ ਕਰਨਾ ਪਹਿਲਾਂ ਔਰੇਂਜ ਵਾਲੇ ਦੇ ਲੋ ਜੀ ਆਹ 50 ਫੀਟ ਤੋਂ ਸ਼ੂਟ ਕਰ ਰਿਹਾ ਮੈਂ ਕਾਫੀ ਐਕੂਰੇਟ ਨਾਈਸ ਗਨ ਹੈ ਜੇ ਇਹਦੇ 'ਤੇ ਪ੍ਰੈਕਟਿਸ ਵਧੀਆ ਹੋ ਜਾਵੇ ਤੁਹਾਡੀ ਅਤੇ ਜਦੋਂ ਤਿੱਤਰ ਜਾਂ ਪਾਰਟੀ ਸ਼ੂਟ ਕਰੀਦਾ ਅਤੇ ਉਹਦੇ ਨਾਲ ਜਾ ਕੇ ਕਰ ਸਕਦੇ ਹਾਂ ਆਓ ਇੱਕ ਦੋ ਹੋਰ ਟਰਾਈ ਕਰਕੇ ਵੇਖਦੇ ਹਾਂ ਮੇਰਾ ਮੰਨਣਾ ਵੀ ਸਕੋਪ 'ਚੋਂ ਕਈ ਵਾਰ ਸੈਟਿੰਗ ਜੇ ਕਰਦੇ ਹਾਂ ਟਾਈਮ ਲੱਗਦਾ ਕਿਉਂਕਿ ਸਾਈਡ 'ਚ ਉਦੋਂ ਜਿਹੜਾ ਪੈਰਾਲੈਕਸ 'ਚ ਸੈੱਟ ਨਹੀਂ ਪੈਂਦਾ ਇੱਕ ਦੂਜੀ ਕੰਨ ਵੀ ਇਹ ਤੋਂ ਬਾਅਦ ਤੁਹਾਨੂੰ ਉਹ ਵੀ ਖਾਣਾ ਉਹਦੇ 'ਤੇ ਸਕੋਪ ਨਹੀਂ ਲੱਗਾ ਅਤੇ ਆ ਜਾਓ ਜੀ ਲਓ ਔਰੇਂਜ ਵਾਲੇ ਨੇ ਡਿੱਗ ਜਾਣਾ ਪਰ ਫਿਰ ਸ਼ੋਟ ਕਰਕੇ ਵੇਖ ਲੈਂਦੇ ਹਾਂ ਦੇਖੋ ਸੈਂਟਰ ਵਾਲੇ ਤੇ ਲਾਵਾਂ ਹੁਣ ਨਾਲ ਦੇ ਟਾਰਗੇਟ ਲੱਗੇ ਨੇ ਉਹਨੂੰ ਲਾ ਦੇ ਮੈਟਰ ਪਲੇਟ ਨੂੰ ਥੱਲੇ ਲਓ ਵਧੀਆ ਗੰਨ ਹੈ ਜੀ $200 ਤੱਕ ਦੀ ਅੱਜ ਵੀ ਲੱਭ ਜਾਂਦੀ ਈਜ਼ਲੀ ਅਤੇ ਫਨ ਟੂ ਸ਼ੂਟ ਹੈ ਐਮ ਓ ਚੀਪ ਹੈ ਐਮ ਓ ਹੀ ਤੁਹਾਨੂੰ ਚੁੱਕਿਆ 22 LR ਸੋ ਸਾਰਾ ਦਿਨ ਲੱਗੇ ਰਹੋ ਆਰਾਮ ਨਾਲ ਟਾਰਗੇਟ ਪ੍ਰੈਕਟਿਸ ਲਈ ਵਧੀਆ ਅਤੇ ਆਓ ਦੂਜੀ ਤੁਹਾਨੂੰ ਖਾਣਾ ਇੱਕ ਹੋਰ ਹੈ ਮੇਰੇ ਕੋਲ ਸੈਮੀ ਆਟੋ ਹੀ ਹੈ
ਆਹ ਤਾਂ ਮੈਨੂੰ ਮੰਥ ਕੁ ਹੋਇਆ ਲਈ ਇਹ ਕਾਫੀ ਫੇਮਸ ਕਾਫੀ ਫੇਮਸ ਤਾਂ ਨਹੀਂ ਕਹਿ ਸਕਦੇ ਵੀ ਕਾਫੀ ਤਾਦਾਦ 'ਚ ਬਣੀ ਗਨ ਜਦੋਂ ਬਣੀ ਹੈ ਅਤੇ ਫਿਰ ਵੀ ਲੱਭ ਜਾਂਦੀ ਵਧੀਆ ਇਹ ਵੀ ਬਹੁਤ ਫੇਮਸ ਨੇ ਆਪਣੀ ਐਕੂਰੇਸੀ ਕਰਕੇ ਸੋ ਇਹਦਾ ਨਾਮ ਹੈ ਜੀ ਕੂਈ 64 B ਅਤੇ 1964 ਤੋਂ ਬਣਨੀ ਸ਼ੁਰੂ ਹੋਈ ਸੀ ਅਤੇ ਮੇਡ ਇਨ ਕੈਨੇਡਾ ਹੈ ਅਤੇ ਸੈਮੀ ਆਟੋ ਇਹਦਾ ਵੀ ਐਕਸ਼ਨ ਜਿਹੜਾ ਸੇਮ ਸੇਮ ਪ੍ਰੋਸੀਜਰ ਹੈ ਮੈਗਜ਼ੀਨ ਹੈ ਸੇਮ ਹੀ ਤਰੀਕੇ ਦਾ ਲੋਡ ਕਰਨ ਦਾ ਦਸ ਹੀ ਪੈਂਦੀਆਂ ਇਹਦੇ 'ਚ ਵੀ ਇਹ ਮੈਂ ਆਈ ਥਿੰਕ ਦੂਜੀ ਵਾਰ ਯੂਜ਼ ਕਰ ਲਵਾਂ ਇਹਦੀ ਮੈਨੂੰ ਐਕੂਰੇਸੀ ਤਾਂ ਨਹੀਂ ਪਤਾ ਕਿੰਨੀ ਕੁ ਹੈ ਬਟ ਇਹ ਮੈਨੂੰ ਪਤਾ ਵੀ ਜਿਹੜਾ ਸਕੋਪ ਨਹੀਂ ਲੱਗਾ ਸੋ ਯੂਜ਼ਲੀ ਠੀਕ ਹੀ ਹੁੰਦੀ ਹੈ ਨੌ ਪਾਤੀ ਹੈ ਸੇਮ ਥਿੰਗ ਕੀਤਾ ਲਓ ਜੀ ਸੇਫਟੀ ਇਹਦੀ ਥੋੜ੍ਹੀ ਡਿਫਰੈਂਟ ਹੈ ਐਸ ਕੰਪੇਅਰ ਟੂ ਵੇਖੋ ਇੱਥੇ ਲਿਆ ਕੇ ਆ ਲਿਖਿਆ ਸੇਫ ਇੱਥੇ ਨੂੰ ਪੁਸ਼ ਕਰਦੀ ਰਹੇ ਅਤੇ ਉੱਤੇ ਆ ਇਹਨਾਂ ਨੇ ਥੋੜ੍ਹਾ ਜਿਹਾ ਦਿੱਤਾ ਜੇ ਸਕੋਪ ਲਾਉਣਾ ਅਤੇ ਇੱਥੇ ਅਟੈਚ ਕਰਨ ਵਾਸਤੇ ਅਤੇ ਬਾਕੀ ਆਈ ਬਲੀਵ ਗੁੱਡ ਟੂ ਸ਼ੂਟ ਹੈ ਅਤੇ ਉਹ ਕਰੀਏ ਟਰਾਈ ਕੂਈ 64 B ਹੈਡਰ ਪਲੇਟ 'ਤੇ ਲਾਉਂਦੇ ਹਾਂ ਪਹਿਲਾਂ ਬਹੁਤ ਹੀ ਵਧੀਆ ਬਹੁਤ ਹੀ ਐਕੂਰੇਟ ਸਮੂਥ ਐਕਸ਼ਨ ਅਤੇ ਇੱਥੇ 'ਚ ਪਿੱਛੇ ਤੁਸੀਂ ਐਵੇਂ ਐਕਸ਼ਨ ਓਪਨ ਰੱਖਣਾ ਅਤੇ ਪਿੱਛੇ ਕਰ ਸਕਦੇ ਹੋ ਤਾਂ ਕਿ ਫਿਰ ਤੁਸੀਂ ਲੋਡ ਕਰ ਸਕੋ ਆਹ ਲੋਡ ਕਰਕੇ ਥੋੜ੍ਹਾ ਜਿਹਾ ਫਿਰ ਹੋਰ ਇੱਕ ਥੋੜ੍ਹੇ ਜਿਹੇ ਸ਼ੋਟ ਲਾ ਕੇ ਵੇਖਣੇ ਆਪਣਾ ਟਾਰਗੇਟਸ ਨੂੰ ਅੱਠ ਫਿਰ ਪੈ ਗਈ ਤੁਹਾਨੂੰ ਟਾਰਗੇਟ ਨੂੰ ਲਾ ਕੇ ਵੇਖੀ ਆ ਜਾਓ ਹੁਣ ਔਰੇਂਜ ਵਾਲੇ ਨੂੰ ਲਾਉਂਦੇ ਹਾਂ ਨਾਈਸ ਐਂਡ ਸਮੂਥ ਟ੍ਰਿਕ ਇਹ ਹੈ ਵੀ ਜਿਹੜੀ ਜਿਹੜਾ ਐਮ ਓ ਯੂਜ਼ ਕਰਨੇ ਆਪਾਂ ਯੂਜ਼ਲੀ ਮੈਂ ਆਹ ਜਿਹੜੀਆਂ ਛੋਟੀਆਂ ਐਮ ਓ ਯੂਜ਼ ਕਰਨਾ ਮੈਂ ਟਰਾਈ ਕਰਨਾ ਵੀ ਮੈਂ ਹਮੇਸ਼ਾ ਯੂਜ਼ ਕਰਾਂ 40 grain ਵਾਲਾ 40 grain ਦਾ ਵੀ ਥੋੜ੍ਹੀ ਜਿਹੀ ਪਾਵਰ ਜ਼ਿਆਦਾ ਹੁੰਦੀ ਸੈਮੀ ਆਟੋ ਵਾਸਤੇ ਉਹ ਈਜ਼ਲੀ ਉਹਨੂੰ ਪਿੱਛੇ ਪੁਜੀਸ਼ਨ 'ਤੇ ਲੈਂਦੀ ਹੈ ਆਪਣਾ ਰੀਲੋਡ ਕਰਨ ਲਈ ਅਤੇ ਜੇ ਤੁਸੀਂ 42 ਘੱਟ ਤੋਂ ਗ੍ਰੇਨ ਯੂਜ਼ ਕਰੋਗੇ ਉਹਨਾਂ 'ਚ ਕਈਆਂ ਦਿੱਕਤ ਆ ਜਾਂਦੀ ਹੈ ਆਟੋ ਲੋਡ ਨਹੀਂ ਹੁੰਦਾ ਬਟ ਅਤੇ ਕੋਈ ਫਰਕ ਨਹੀਂ ਗਾ ਪ੍ਰਾਈਸ 'ਚ ਯੂਜ਼ਲੀ ਮੈਂ ਆਈ ਥਿੰਕ 40 ਜਾਂ $45 ਦੇ 500 ਲੱਭ ਜਾਂਦੀ ਹੈ ਤੁਹਾਨੂੰ $100 ਦੀ ਆਈ ਥਿੰਕ ਈਜ਼ਲੀ $100 ਤੋਂ $120 ਤੱਕ 1000 ਲੱਭ ਜਾਂਦੀ ਹੈ ਸੋ ਇਨਫ ਨੇ ਮਤਲਬ ਸਾਰਾ ਦਿਨ ਵੀ ਲੱਗਾ ਰਹੇ ਬੰਦਾ ਕਾਫੀ ਟਾਈਮ ਚੱਲ ਜਾਂਦੀ ਹੈ ਅਤੇ ਇੱਥੇ ਤੁਸੀਂ ਨਾਮ ਪੜ੍ਹ ਸਕਦੇ ਹੋ ਉਹਦਾ ਜਿਹੜਾ ਲਿਖਿਆ ਵਿਖਾਉਂਦਾ ਮੈਂ ਤੁਹਾਨੂੰ ਕੂਈ ਮੋਡਲ 64 B 22 cal ਮੈਨੂਫੈਕਚਰ ਬਾਈ ਵਿੰਚੈਸਟਰ ਕੋਬਰ ਗੰਟਾਰੀਓ ਕੈਨੇਡਾ ਸੋ ਅੱਜ ਤੋਂ ਲਈ ਇੰਨਾ ਹੀ ਅਤੇ ਥੈਂਕ ਯੂ ਅਗੈਨ ਅਤੇ ਆਪਾਂ ਜ਼ਰੂਰ ਮਿਲਾਂਗੇ ਨੈਕਸਟ ਵੀਡੀਓ 'ਚ ਥੈਂਕ ਯੂ